ਤੁਹਾਡਾ ਬੇਟਾ ਜਿਹੜਾ ਸੀ ਇਹ ਕਿੱਦਾਂ ਗਿਆ ਸੀ ਇੱਥੋਂ ਅਤੇ ਕਿਸ ਤਰ੍ਹਾਂ ਉੱਥੇ ਫਸਿਆ ਸੀ ਅਤੇ ਕੀ ਤੁਹਾਨੂੰ ਪਤਾ ਲੱਗਾ ਇਹ ਬਾਰੇ? ਸਾਡਾ ਬੇਟਾ ਪੂਰਵ ਵਿਦਿਆ 'ਤੇ ਗਿਆ ਸੀ ਏਸ਼ੀਆ, ਅਤੇ 24 ਦਸੰਬਰ ਨੂੰ ਘਰ ਤੋਂ ਗਿਆ ਸੀ। ਉੱਥੇ ਜਾ ਕੇ ਹੋਟਲ ਦੇ ਵਿੱਚ ਫਿਰ ਇਹਨੂੰ ਹੋਰ ਵੀ ਸੂਬਿਆਂ ਦੇ ਮੁੰਡੇ ਮਿਲੇ, ਹਰਿਆਣੇ ਦੇ, ਪੰਜਾਬ ਦੇ ਹੋਰ ਲੜਕੇ ਮਿਲੇ ਇਹਨਾਂ ਨੂੰ। ਅਤੇ ਉੱਥੇ ਜਾ ਕੇ ਸਰ ਫਿਰ ਇਹਨਾਂ ਨੇ ਘੁੰਮਣ ਵਾਸਤੇ ਕੋਈ ਇਹਨਾਂ ਨੂੰ ਉੱਥੇ ਲੈ ਗਿਆ, ਕੋਈ ਏਜੰਟ ਲੈ ਗਿਆ ਜਾਂ ਕੋਈ ਵੀ ਘੁੰਮਣ ਵਾਸਤੇ। ਇਹ ਟੈਕਸੀ 'ਤੇ ਗਏ ਅਤੇ ਟੈਕਸੀ ਵਾਲੇ ਨੇ ਕੋਈ ਇਹਨਾਂ ਦੇ ਨਾਲ ਧੋਖਾ ਕੀਤਾ ਅਤੇ ਇਹਨਾਂ ਨੂੰ ਕਿਤੇ ਹਾਈਵੇ 'ਤੇ ਉਤਾਰ ਦਿੱਤਾ ਸੀ। ਉੱਥੇ ਫਿਰ ਸਰ ਉੱਧਰ ਦੀ ਪੁਲਿਸ ਨੇ ਫੜ ਕੇ ਅਤੇ ਆਰਮੀ ਦੇ ਹਵਾਲੇ ਕਰ ਦਿੱਤਾ ਅਤੇ ਆਰਮੀ ਨੇ ਇਹਨਾਂ ਨੂੰ ਜ਼ਬਰਦਸਤੀ ਇਹਨਾਂ ਦੇ ਅੱਗੇ ਸ਼ਰਤ ਰੱਖ ਦਿੱਤੀ ਵੀ ਜਾਂ ਤਾਂ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ, ਨਹੀਂ ਤਾਂ 1 ਸਾਲ ਬਾਅਦ ਆਰਮੀ ਜੁਆਇਨ ਕਰੋ। ਉੱਧਰ ਜਿਹੜੇ ਫੋਰਮ 'ਤੇ ਇਹਨਾਂ ਕੋਲੋਂ ਸਾਈਨ ਕਰਵਾਏ ਹਨ, ਉਹ ਫੋਰਮ ਇਹਨਾਂ ਨੂੰ ਪੜ੍ਹਨਾ ਨਹੀਂ ਸੀ ਆਉਂਦਾ, ਇਹਨਾਂ ਕੋਲ ਸਾਈਨ ਕਰਵਾ ਲਏ। ਸਾਈਨ ਕਰਵਾ ਲਏ ਅਤੇ ਇਹਨਾਂ ਨੂੰ ਇਹਨਾਂ ਨੇ ਫਿਰ ਬੱਚਿਆਂ ਨੇ ਪੁੱਛਿਆ, ਵੈਸੇ ਬੱਚਾ ਸਾਡਾ ਪੜ੍ਹਿਆ ਲਿਖਿਆ ਥੋੜ੍ਹਾ, ਕਾਕਾ ਗਗਨਦੀਪ ਸਿੰਘ, ਪੁੱਛਿਆ ਕਿ ਸਾਨੂੰ ਕਿਤੇ ਅੱਗੇ ਤਾਂ ਨਹੀਂ ਭੇਜੋ ਕਿ ਲੜਾਈ 'ਚ ਉਹਦੇ ਵਿੱਚ। ਉਹ ਕਹਿੰਦੇ ਨਹੀਂ, ਤੁਹਾਨੂੰ ਜਾਂ ਹੈਲਪਰ ਦੀ ਜੋਬ ਜਾਂ ਕੋਈ ਸਕਿਉਰਟੀ ਦੀ ਜੋਬ ਦਿੱਤੀ ਜਾਏਗੀ। ਪਰ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੂੰ ਉਸੇ ਵੇਲੇ ਕੈਂਪ ਦੇ ਵਿੱਚ ਲੈ ਗਏ, 10-11 ਦਿਨ ਦੀ ਟ੍ਰੇਨਿੰਗ ਦੇ ਕੇ, ਅਤੇ ਬਸ ਇਹਨਾਂ ਨੂੰ ਯੂਕਰੇਨ ਲੈ ਗਏ। ਯੂਕਰੇਨ ਜਿੱਥੇ ਉਹਨਾਂ ਨੇ ਕਬਜ਼ੇ ਕੀਤੇ ਫੌਜ ਨੇ, ਉੱਥੇ ਲੈ ਗਏ। ਉਸ ਤੋਂ ਬਾਅਦ ਫਰੰਟ ਲਾਈਨ 'ਤੇ ਵੀ ਖੜਿਆ, ਫਰੰਟ ਲਾਈਨ 'ਤੇ ਬਹੁਤ ਤੰਗ ਰਹੇ, ਜਿੱਥੇ ਬਿਲਕੁਲ ਯੁੱਧ ਚੱਲ ਰਿਹਾ, ਮੋਰਚੇ ਦੇ ਵਿੱਚ ਖਾਣਾ ਖਾਣਾ ਅਤੇ ਮੋਰਚੇ ਦੇ ਵਿੱਚ ਹੀ ਸੋਣਾ। ਇੱਕ ਹਫ਼ਤਾ ਉੱਥੇ ਫਰੰਟ ਲਾਈਨ 'ਤੇ ਰਹੇ ਅਤੇ ਫਿਰ ਬੱਚੇ ਬਹੁਤ ਜ਼ਿਆਦਾ ਹੀ ਘਬਰਾ ਗਏ। ਇੱਕ ਡਾਕਟਰ ਆਇਆ ਉਹਨਾਂ ਦਾ, ਉਹਨੇ ਪੁੱਛਿਆ ਵੀ ਤੁਸੀਂ ਖਾਣਾ ਖਾਧਾ? ਇਹਨਾਂ ਕਿਹਾ ਵੀ 3 ਦਿਨ ਹੋ ਗਏ ਅਸੀਂ ਤੁਹਾਡਾ ਖਾਣਾ ਨਹੀਂ ਕੋਈ ਖਾਧਾ। ਕਹਿੰਦੇ ਕਿਉਂ ਨਹੀਂ ਖਾਧਾ? ਕਹਿੰਦੇ ਸਾਡੇ ਕੋਲ ਖਾਣਾ ਨਹੀਂ ਖਾਧਾ ਜਾਂਦਾ, ਮੀਟ ਔਰ ਚਾਵਲ ਹੀ ਦਿੰਦੇ ਨੇ। ਬੱਚਿਆਂ ਨੇ ਮਨਾ ਕਰ ਦਿੱਤਾ, ਇੱਕ ਬੱਚੇ ਨੂੰ ਪੀਲੀਆ ਹੋ ਗਿਆ ਜਾਂ ਬਿਮਾਰ ਹੋ ਗਿਆ ਸੀ। ਫਿਰ ਉਹ ਡਾਕਟਰ ਨੇ ਉੱਪਰ ਰਿਪੋਰਟ ਪਹੁੰਚਾਈ ਅਤੇ ਬੱਚਿਆਂ ਨੂੰ ਫਿਰ ਪਿੱਛੇ ਲਿਆਂਦਾ ਕਿ ਬੱਚੇ ਬਿਮਾਰ। ਅਤੇ ਹੁਣ ਵੀ ਜੋ ਫਰੰਟ ਲਾਈਨ ਤੋਂ ਥੋੜ੍ਹਾ ਹੀ ਪਿੱਛੇ 100 ਕਿਲੋਮੀਟਰ ਨੇ, ਕਿਸੇ ਵੇਲੇ ਵੀ ਉਹਨਾਂ ਨੂੰ ਅੱਗੇ ਖੜ ਸਕਦੇ ਨੇ। ਬਹੁਤ ਬੱਚੇ ਘਬਰਾਏ ਨੇ, ਉਹ ਕਹਿੰਦੇ ਨੇ ਕਿ ਵੀ ਜੇ 10-15 ਜਣੇ ਜਾਂਦੇ ਨੇ, ਉਹਦੇ 'ਚ 5-6 ਜਣੇ ਮੁੜ ਕੇ ਆਉਂਦੇ ਨੇ। ਅਤੇ ਜਦੋਂ ਗਏ ਸੀ ਫਰੰਟ ਲਾਈਨ 'ਤੇ, ਉਹਨਾਂ ਦੇ ਨਾਲ ਇੱਕ ਐਸਾ ਹਾਦਸਾ ਵੀ ਹੋਇਆ ਸੀ ਕਿ 4 ਗੱਡੀਆਂ ਸੀ, 4 ਗੱਡੀਆਂ ਦੇ ਵਿੱਚੋਂ ਇਹ ਬੱਚੇ ਜਿਹੜੇ ਵਿਚਕਾਰਲੀ ਗੱਡੀ ਦੇ ਵਿੱਚ ਸਨ, ਟੈਂਕਰ ਭਰ ਸਨ, ਅਤੇ ਜਿਹੜੀ ਅਗਲੀ ਗੱਡੀ ਉਹ ਵੀ ਉੱਡ ਗਈ ਸੀ ਡਰੋਨ ਦੇ ਨਾਲ, ਪਿਛਲੀ ਵੀ ਉੱਡ ਗਈ। ਜੋ ਇਹਨਾਂ ਵਾਲੀਆਂ ਦੋਨੋਂ ਗੱਡੀਆਂ ਦੇ ਵਿੱਚ ਉਹ ਬਚ ਗਏ, ਪਾਠ ਕਰ ਰਹੇ, ਮਾਲਕ ਦੀ ਗੁਰਬਾਣੀ ਪੜ੍ਹ ਰਹੇ ਸਨ। ਅਤੇ ਜਦੋਂ ਇੱਦਾਂ ਦੀ ਗੱਲ ਸੁਣੀ ਦੀ ਹੈ, ਬਹੁਤ ਘਬਰਾ ਜਾਈਦਾ। ਫਿਰ ਅੰਮ੍ਰਿਤਸਰ ਦਾ ਮੁੰਡਾ ਤੇਜਪਾਲ ਸਿੰਘ ਉੱਧਰ ਪੂਰਾ ਹੋ ਗਿਆ, ਜਦੋਂ ਕੋਈ ਇੱਦਾਂ ਦੀ ਗੱਲ ਵੀ ਸੁਣੀ ਦੀ ਹੈ ਤਾਂ ਬਿਲਕੁਲ ਹੀ ਘਬਰਾ ਜਾਈਦਾ। ਅਤੇ ਹੁਣ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉੱਥੇ ਰਸ਼ੀਆ ਗਏ ਹਨ, ਪੁੱਤਰ ਨੂੰ ਮਿਲੇ ਹਨ, ਜਾ ਕੇ ਉੱਧਰ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋਈ ਹੈ। ਉਹ ਪ੍ਰਧਾਨ ਮੰਤਰੀ ਦੇ ਘਰ ਦੇ ਵਿੱਚ ਉਹ ਠਹਿਰੇ ਅਤੇ ਉੱਥੇ ਗੱਲਬਾਤ ਹੋਈ ਹੈ, ਅਤੇ ਬਹੁਤ ਹੀ ਉਮੀਦ ਹੋਈ ਹੈ। ਉਹਨਾਂ ਨੇ ਬੱਚਿਆਂ ਦੀ ਗੱਲ ਕੀਤੀ ਹੈ, ਭਾਰਤੀ ਨੌਜਵਾਨਾਂ ਦੀ ਵਾਪਸ ਲਿਆਉਣ ਦੀ, ਅਤੇ ਬੜੀ ਖੁਸ਼ੀ ਦੀ ਮਨ ਨੂੰ ਹੋਈ ਹੈ, ਕਿਉਂਕਿ ਗਗਨਦੀਪ ਦੀ ਮਾਤਾ ਵੀ ਠੀਕ ਨਹੀਂ, ਇਹਦੇ ਡਿਪਰੈਸ਼ਨ 'ਚ ਚਲੇ ਗਏ ਸਨ, ਮੈਂ ਵੀ ਡਿਪਰੈਸ਼ਨ 'ਚ ਚਲਾ ਗਿਆ ਸਾਂ। ਹੁਣ ਕੁਛ ਖੁਸ਼ੀ ਦੀ ਲਹਿਰ ਮਨ ਵਿੱਚ ਉਮੀਦ ਬੱਝੀ ਹੈ ਕਿ ਪ੍ਰਧਾਨ ਮੰਤਰੀ ਸਾਡੇ ਬੱਚਿਆਂ ਨੂੰ ਵਾਪਸ ਲੈ ਕੇ ਆਉਣਗੇ। ਗਗਨਦੀਪ ਦੀ ਵਾਪਸ ਆਉਣ ਦੀ ਉਮੀਦ ਤੁਹਾਨੂੰ ਕਿਵੇਂ ਪਤਾ ਚੱਲਿਆ? ਹੁਣ ਤੁਹਾਡੇ ਪਰਿਵਾਰ 'ਚ ਇਸ ਚੀਜ਼ ਨੂੰ ਲੈ ਕੇ ਨਹੀਂ ਖੁਸ਼ੀ ਪਾਈ ਆ ਰਹੀ? ਗਗਨਦੀਪ ਸਿੰਘ ਤਾਂ ਜੋ ਟੀਵੀ ਦੇ ਉੱਤੇ ਦੱਸ ਰਹੇ ਸੀ ਕਿ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ, ਬਾਕੀ ਮੀਡੀਆ ਵਾਲਿਆਂ ਨੇ ਵੀ ਸਾਨੂੰ ਸਾਡੇ ਨਾਲ ਕੰਟੈਕਟ ਕੀਤਾ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਰਸ਼ੀਆ ਗਏ ਨੇ, ਅਤੇ ਉਹਨਾਂ ਨੇ ਵੀ ਬਤਾਇਆ ਕਿ ਬੱਚਿਆਂ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਬੱਚੇ ਅੱਗੇ ਤੋਂ ਕੋਈ ਵੀ ਬੱਚਾ ਐਸਾ ਕਿਸੇ ਦੇ ਨਾਲ ਨਾ ਹੋਵੇ ਕਿ ਜਿਹੜਾ ਬੱਚਾ ਕਿਸੇ ਤਰੀਕੇ ਨਾਲ ਰਸ਼ੀਆ ਆ ਗਿਆ ਅਤੇ ਉਹਨੂੰ ਯੁੱਧ ਵਿੱਚ ਭੇਜਿਆ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਇਹ ਪ੍ਰਧਾਨ ਮੰਤਰੀ ਨੇ
ਸਾਫ ਸਾਫ ਪੁੱਤਰ ਨੂੰ ਕੀਤਾ, ਇਹ ਸਾਡੇ ਮੀਡੀਆ ਨੇ ਸਾਨੂੰ ਦੱਸਿਆ ਜੀ।